ਨਾਂ ਵੀ ਨਹੀਂ ਹੈਗੇ ਪਰ ਵੀਰੋ ਇਹ ਬੰਦੇ ਉਹ ਸੀ ਜਿਹੜੇ ਭਰਾਓ ਨਿਸ਼ਕਾਮ ਸੇਵਾ ਆਪਣੇ ਘਰ ਜਾਣ ਜਾਣ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਆ ਜਿਨ੍ਹਾਂ ਨੇ ਬੜੀ ਇਮਾਨਦਾਰੀ ਨਾਲ ਮੇਰੇ ਵੀਰੋ ਲੋਕਾਂ ਦੇ ਫੈਸਲੇ ਪਰੇ ਪੰਚਾਇਤਾਂ ਦੇ ਵਿੱਚ ਨਿਆਂ ਪੜੀਆਂ ਦਿੱਗਜ ਪਾਰਟੀਆਂ ਸੀ ਉਹਨਾਂ ਪਾਰਟੀਆਂ ਦਾ ਭਰਾਵੋ ਜਿਹੜਾ ਗੰਦਾ ਡੇਰਾ ਉਹ ਚੁਕਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸਤਿਕਾਰਯੋਗ ਪ੍ਰਤਿਭਾਵਾਨ ਬੰਦਾ ਮੈਂ ਆਪਣੇ ਅੱਖੀ ਸਰਦਾਰ ਅਜੀਤ ਸਿੰਘ ਚੇਅਰਮੈਨ ਸਾਹਿਬ ਨੂੰ ਵੇਖਿਆ ਅੱਜ ਜਿਹੜੇ ਪਰਿਵਾਰ ਵਿੱਚ ਆਪਾਂ ਆ ਕੇ ਬੈਠੇ ਹਾਂ ਇਹ ਸਰਦਾਰ ਅਜੀਤ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦਾ ਪਰਿਵਾਰ ਹੈ ਭਰਾਓ ਜਿਹੜੀਆਂ ਰਾਜਨੀਤੀ ਦੇ ਵਿੱਚ ਜੇ ਮੋਦ ਵਾਲੀਆਂ ਪਾਰਟੀ ਨਾਲੋਂ ਵੀ ਮਤਲਬ ਸੀ ਉੱਪਰ ਸੀ ਤੇ ਕਾਂਗਰਸ ਥੱਲੇ ਸੀ ਉਦੋਂ ਕੋਈ ਭਰਾਓ ਕੋਈ ਵੱਡੀ ਪਾਰਟੀ ਨਹੀਂ ਸੀ ਕੋਈ ਇੱਕ ਆਪਾਂ ਸਮਝ ਲਓ ਯਾਦ ਹੀ ਰੱਖਿਆ ਕਰਨਾਲ ਵਿੱਚ ਬੈਠਾ ਤੇ ਸਤਿਕਾਰਯੋਗ ਕਰਮੀਰ ਭਾਜੀ ਹੋਣੀ ਆਏ ਬੈਠੇ ਆ ਲੈਣ ਬੜੀ ਭਰਾਓ ਲੰਮੀ ਹੋ ਜੂਗੀ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋ ਬੰਦੇ ਇੱਧਰ ਵੇਖੀ ਜਾਂਦੇ ਆ ਰਣਜੀਤ ਤੇ ਸ਼ਰਮਾ ਇਹ ਸਾਡਾ ਨਹੀਂ ਨਾਂ ਲਿਆ ਤੇ ਭਰਾ ਸਾਰੇ ਦਲ ਵਾਲੇ ਦਾ ਸਾਰੇ ਹੀ ਮਿੱਤਰ ਆ ਤੇ ਸਾਰਾ ਪਿੰਡ ਹੀ ਮਿੱਤਰ ਆ ਕਿਉਂਕਿ ਡਲ ਪਿੰਡ ਵੱਲੋਂ ਵੀਰੋ ਇੰਨਾ ਸਤਿਕਾਰ ਮਿਲਦਾ ਇੰਨਾ ਪਿਆਰ ਮਿਲਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਇਸ ਪਿੰਡ ਦਾ ਕਿਵੇਂ ਮੈਂ ਧੰਨਵਾਦ ਕਰ ਸਕਾਂ ਕਿਉਂਕਿ ਸ਼ਾਇਦ ਵੀਰੋ ਇੰਨਾ ਪਿਆਰ ਜਿਹੜਾ ਉਹ ਮੈਨੂੰ ਆਪਣ ਪਾਰਟੀ ਵੱਲੋਂ ਇਲੈਕਸ਼ਨ ਲੜੀ ਸੀ ਤੇ ਜਦੋਂ ਵੋਟਾਂ ਦੀ ਗਿਣਤੀ ਆਈ ਤੇ